ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕ੍ਰਿਸਮਸ ਦੇ ਮੌਕੇ ਤੇ ਬਠਿੰਡਾ ਦੇ ਚਰਚ ਵਿੱਚ ਪਹੁੰਚੇ, ਜਿੱਥੇ ਵਿੱਤ ਮੰਤਰੀ ਵੱਲੋਂ ਈਸਾਈ ਭਾਈਚਾਰੇ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਹੋਰ ਵੀ ਕਾਫੀ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਮਨਪ੍ਰੀਤ ਬਾਦਲ ਨੇ ਕ੍ਰਿਸਚਨ ਭਾਈਚਾਰੇ ਨੂੰ ਮੁਬਾਰਕਬਾਦ ਵੀ ਦਿੱਤੀ। ਦੇਖੋ, ਸਭ ਤੋਂ ਪਹਿਲਾਂ ਤਾਂ ਕਿ ਅੱਜ ਕ੍ਰਿਸਮਸ ਦਾ ਮੁਕੱਦਸ ਅਤੇ ਮੁਬਾਰਕ ਤਿਉਹਾਰ ਹੈ ਔਰ ਤਮਾਮ ਜੋ ਕ੍ਰਿਸਚਨ ਭਾਈਚਾਰਾ ਹੈ ਪੰਜਾਬ ਦੇ ਵਿੱਚ, ਰਸਮੀ ਤੌਰ 'ਤੇ ਨਹੀਂ ਪਰ ਦਿੱਲੀ ਤੌਰ 'ਤੇ ਸਾਰਿਆਂ ਨੂੰ ਇਸ ਮੁਬਾਰਕ ਦਿਨ ਦੀ ਵਧਾਈ ਵੀ ਹੈ ਔਰ ਮੇਰੇ ਵੀ ਇਹ ਇਮਾਨ ਦਾ ਹਿੱਸਾ ਹੈ ਕਿ ਹਜ਼ਰਤ ਈਸਾ ਮਸੀਹ ਦੇ ਆਉਣ ਨਾਲ ਦੁਨੀਆ ਦੀ ਤਕਦੀਰ ਬਦਲ ਗਈ। ਬਿਮਾਰ ਦੀ ਖਬਰ ਲੈਣੀ, ਗਰਜ਼ਮੰਦ ਦਾ ਗਰਜ਼ ਪੂਰੀ ਕਰਨੀ, ਦਰਦਮੰਦ ਦਾ ਦਰਦ ਵੰਡਾਉਣਾ, ਇਹ ਕ੍ਰਿਸਚਨ ਧਰਮ ਦੇ ਜਿਹੜੇ ਅਹਿਮ ਨੁਕਤੇ ਹੈ ਉਹਨਾਂ ਵਿੱਚੋਂ ਹੈ ਔਰ ਇਸ ਮੌਕੇ 'ਤੇ ਖਾਸ ਕਰਕੇ ਜਦੋਂ ਹਿੰਦੁਸਤਾਨ ਦੇ ਵਿੱਚ ਤੁਸੀਂ ਫਿਰਕਾ ਵਾਰੀਅਤ ਦਾ ਤੁਸੀਂ ਇਹ ਜਜ਼ਬਾ ਜਿਹੜਾ ਹੈ ਇਹ ਜਿਹੜਾ ਪੈਦਾ ਹੁੰਦਾ ਜਾ ਰਿਹਾ ਅਤੇ ਹਜ਼ਰਤ ਈਸਾ ਮਸੀਹ ਦੇ ਜਿਹੜੇ ਕੌਲ ਹੈ ਜਾਂ ਉਹਨਾਂ ਦੀ ਜਿਹੜੀ ਏਕਾਬਾਤ ਹੈ ਉਹ ਜੋ ਉਸ ਸਮੇਂ ਦੇ ਹਾਲਾਤ ਨਾਲੋਂ ਵੀ ਅੱਜ ਹਿੰਦੁਸਤਾਨ 'ਚ ਜ਼ਿਆਦਾ ਜ਼ਰੂਰੀ ਹੈ ਔਰ ਮੈਂ ਅੱਜ ਤੁਹਾਡੇ ਮੀਡੀਆ ਦੇ ਜ਼ਰੀਏ ਤਮਾਮ ਜਿਹੜੀ ਪੰਜਾਬ ਦੀ ਸਾਡਾ ਕ੍ਰਿਸਚਨ ਸਾਡੀਆਂ ਸਾਡਾ ਭਾਈਚਾਰਾ ਹੈ, ਮੈਂ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਜੋ ਵੀ ਫੈਸਲੇ ਹੋਣਗੇ ਕ੍ਰਿਸਚਨ ਭਾਈਚਾਰੇ ਦੀ ਆਵਾਜ਼ ਤੋਂ ਬਿਨਾਂ ਉਹ ਅਧੂਰੇ ਰਹਿ ਜਾਣਗੇ, ਉਹਨਾਂ ਦੀ ਆਵਾਜ਼ ਜਿਹੜੀ ਹੈ ਉਹਦੇ ਵਿੱਚ ਸ਼ਾਮਲ ਕੀਤੀ ਜਾਏਗੀ। ਦੱਸ ਦਈਏ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਾਫੀ ਮੁੱਦਿਆਂ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਚੰਡੀਗੜ੍ਹ ਵਿੱਚ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੱਤਰਕਾਰ ਨਾਲ ਦੁਰਵਿਵਹਾਰ ਬਾਰੇ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਇਸ ਘਟਨਾ ਦੇ ਬਾਰੇ ਪਤਾ ਤਾਂ ਨਹੀਂ ਹੈ ਪਰ ਕਿਸੇ ਨੂੰ ਵੀ ਸ਼ਰਾਫਤ ਦਾ ਦਾਮਨ ਨਹੀਂ ਛੱਡਣਾ ਚਾਹੀਦਾ। ਉਹਨਾਂ ਨੇ ਅਕਾਲੀ ਦਲ ਦੀ ਪਾਰਟੀ ਤੇ ਵੜਦਿਆਂ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਰਾਜਨੀਤੀ ਵਿੱਚ ਸਫਲਤਾ ਪ੍ਰਦਰਸ਼ਨਾਂ ਤੋਂ ਨਹੀਂ ਕੁਝ ਕਰਨ ਨਾਲ ਮਿਲਦੀ ਹੈ। ਸਭ ਇਹਦਾ ਤਾਂ ਮੈਂ ਕੋਈ ਭਗਵੰਤ ਮਾਨ ਦਾ ਤਰਜਮਾਨ ਨਹੀਂ ਹੈ ਪਰ ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਇਨਸਾਨ ਨੂੰ ਸ਼ਾਇਸਤਗੀ ਦਾ ਦਾਮਨ ਜਿਹੜਾ ਹੈ ਉਹ ਕਦੀ ਨਹੀਂ ਛੱਡਣਾ ਚਾਹੀਦਾ। ਮੈਨੂੰ ਇਸ ਵਾਕਿਆ ਦਾ ਤਾਂ ਨਹੀਂ ਪਤਾ, ਸਭ ਹੁਣ ਸਿਆਸਤ ਦੇ ਵਿੱਚ ਕਾਮਯਾਬੀ ਜਿਹੜੀ ਹੈ ਉਹ ਧਰਨੋ ਸੇ ਨਹੀਂ ਮਿਲਤੀ, ਉਹ ਕੁਛ ਕਰਨੇ ਸੇ ਮਿਲਤੀ ਹੈ। ਅਕਾਲੀ ਦਲ ਜੋ ਹੈ ਉਹ ਪੰਜਾਬ ਕੀ ਹਿਸਟਰੀ ਮੇ ਕਭੀ 13 ਸੀਟੋਂ ਪਰ ਮੁਸ਼ਤਮਿਲ ਨਹੀਂ ਰਹਾ। ਇਸ ਵੇਲੇ ਓਪੋਜੀਸ਼ਨ ਦੀ ਜਮਾਤ ਵੀ ਨਹੀਂ ਹੈ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਸਿਆਸਤ ਦੇ ਵਿੱਚ ਕਾਮਯਾਬੀ ਧਰਨਿਆਂ ਨਾਲ ਨਹੀਂ ਕੁਛ ਕਰਨ ਨਾਲ ਮਿਲਦੀ ਹੈ ਔਰ ਇਹ ਧਰਨੇ ਜਿਹੜੇ ਹੈ ਇਹ ਬੇਮਾਇਨੇ ਹੈ ਔਰ ਇਹਨਾਂ ਨੂੰ ਅਸੀਂ ਮੁਸਤਰਦ ਕਰਦੇ ਹਾਂ। ਰੰਗਲਾ ਟੀਵੀ ਲਈ ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਰਿਪੋਰਟ।